ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਕਪਕ ਦੀਪਕ ਔਰ ਜਿਹੜੇ ਲਾਈਵ ਹੋਏ ਨੇ ਉਹਨਾਂ ਦਾ ਵੈਲਕਮ ਹੈ। ਔਰ ਇੱਕ ਅੱਛੇ ਮੈਸੇਜ ਤੋਂ ਅਸੀਂ ਇੰਟਰਵਿਊ ਨੂੰ ਸ਼ੁਰੂ ਕਰਾਂਗੇ। ਫੇਸਬੁੱਕ 'ਤੇ ਮਿਲੀ ਕੁੜੀ ਅਤੇ ਗਲੀ 'ਚ ਮਿਲੇ ਕੁੱਤੇ 'ਤੇ ਕਦੀ ਯਕੀਨ ਨਾ ਕਰੋ, ਕਿਉਂਕਿ ਫੇਸਬੁੱਕ ਵਾਲੀ ਕਦੋਂ ਛੱਡ ਜੇ ਅਤੇ ਗਲੀ ਵਾਲੀ ਕਦੋਂ ਵੱਢ ਜੇ ਕੁਛ ਪਤਾ ਨਹੀਂ ਲੱਗਦਾ। ਔਰ ਅੱਜ ਜਿਹੜੇ ਮੇਰੇ ਨਾਲ ਨੇ ਉਹਨਾਂ ਦੀ ਇੰਟਰੋਡਕਸ਼ਨ ਮੈਂ ਇਸ ਤਰ੍ਹਾਂ ਕਰਾਊਂਗਾ। ਸੇਬ ਵਰਗੇ ਨੇ ਉਨਕੇ ਗਾਲ, ਜੈਲ ਲਗਾ ਕੇ ਰੱਖਤੇ ਹੈ ਆਪਣੇ ਬਾਲ। ਮੇਰੇ ਸਾਥ ਹੈ ਗਿੱਪੀ ਗਰੇਵਾਲ। ਯਾਰ ਇੰਨੀ ਘਟੀਆ ਇੰਟਰੋਡਕਸ਼ਨ ਮੇਰੀ ਲਾਈਫ ਦੇ ਵਿੱਚ ਕਿਸੇ ਨੇ ਨਹੀਂ ਦਿੱਤੀ। ਥੈਂਕ ਯੂ ਸੋ ਮਚ, ਤੁਸੀਂ ਇੰਨਾ ਮਾਣ ਬਖਸ਼ਿਆ। ਔਰ ਮੈਂ ਆਪਕੋ ਬਤਾ ਕਰ ਬੜਾ ਸੁਭਾਗਿਆ ਫੀਲ ਕਰ ਰਹਾ ਹੂੰ ਕਿ ਨੇਹਾ ਮੈਮ ਵੀ ਹੈ ਮੇਰੇ ਸਾਥ। ਆਏ ਆਏ ਐਸੇ ਯਾਰ, ਬਿਲਕੁਲ ਠੀਕ। ਬਟ ਇਹ ਸੇਬ ਵਾਲੇ ਗਾਲ ਤੋਂ ਮੇਰੇ ਲਈ ਕੰਪਲੀਮੈਂਟ ਤਾਂ ਇਨਕੋ ਦੇ ਦਿਆ ਆਪਨੇ। ਜੁੜਤੇ ਬਾਲ ਗਾਲ ਅੱਛਾ ਐਸਾ ਨੇਹਾ ਤੇ ਮੈਨੂੰ ਸਮਝ ਨਹੀਂ ਆਇਆ। ਇਹਨੂੰ ਇਸ ਚੀਜ਼ ਨਾਲ ਥੋੜਾ ਕੋਈ ਲੈਣਾ ਦੇਣਾ ਸੀਗਾ ਵੀ ਕਿਹਦੇ ਨਾਲ ਕੀ ਫਿੱਟ ਹੁੰਦਾ ਇਹਨੇ, ਤਾਂ ਬਸ ਗੱਲ ਜੁੜਦੀ ਆ ਨੇ ਚੱਕ ਕੇ ਮਾਰੀ। ਮੈਂ ਅੱਧੇ ਘੰਟੇ ਤੋਂ ਸੋਚ ਰਿਹਾ ਸੀ ਨੇਹਾ ਮੈਮ ਤੇ ਬਾਰੀ ਬਰਜੀ ਖਟਣ ਗਿਆ ਸੀ, ਖਟ ਕੇ ਲਿਆ ਹਾਂ ਢੇਹਾ ਮੇਰੇ ਨਾਲ ਨੇਹਾ ਨਹੀਂ ਜੁੜ ਰਿਹਾ ਸੀ। ਬੰਦੇ ਨਹੀਂ ਜੁੜ ਰਹੀ ਸੀ, ਮੈਂ ਕੀ ਕਰ ਸਕਦਾ ਵਾ। ਸੋ ਸਭ ਤੋਂ ਪਹਿਲੇ ਭਾਜੀ ਖੂਬਸੂਰਤੀ ਦਾ ਕੀ ਰਾਜ਼ ਹੈ? ਨਹੀਂ ਨਹੀਂ ਜੋ ਨੇਹਾ ਮੈਮ ਦੇ ਮੂੰਹ ਦੇ ਉਹਨਾਂ ਦੀ ਖੂਬਸੂਰਤੀ ਦਾ ਕੀ ਰਾਜ਼ ਹੈ? ਰਾਜ ਕੋ ਰਾਜ ਰਹਿਣੇ ਦੋ। ਮੈਮ ਤੁਸੀਂ ਦੱਸੋ ਕਿਆ ਖਾਤੇ ਆ? ਸੇਬ। ਵੈਰੀ ਨਾਈਸ, ਤੂੰ ਖਾ ਲੈ ਤੇਰਾ ਕੋਈ ਫਾਇਦਾ ਨਹੀਂ ਹੋਣਾ। ਸੋ ਕਮੈਂਟ ਵੀ ਤੁਸੀਂ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ, ਅਸੀਂ ਕਮੈਂਟ ਨਾਲ ਨਾਲ ਪੜਾਂਗੇ ਵੀ ਭਾਜੀ ਜੀ। ਔਰ ਇਹ ਤਾਂ ਹੋਇਆ ਮਜ਼ਾਕ, ਮੈਂ ਦਿਲੋਂ ਦੱਸਣਾ ਚਾਹੁੰਦਾ ਭਾਜੀ, ਮੈਂ ਇਹ ਨਹੀਂ ਕਿ ਤੁਸੀਂ ਸਾਹਮਣੇ ਹੋ ਤਾਂ ਕਹਿ ਰਹੇ, ਆਈ ਐਮ ਏ ਬਿਗੇਸਟ ਫੈਨ ਨੇਹਾ ਦਾ। ਹੋਪ ਨੇਹਾ ਮੈਮ ਕਿੰਨਾ ਖੁਸ਼ ਹੈ, ਕਿੰਨਾ ਖੁਸ਼ ਹੈ। ਸੋ ਸਾਡੀ ਗੱਲ ਕੀ ਚੱਲ ਰਹੀ ਸੀ? ਮੈਂ ਨਾ ਦੋ ਇੰਟਰਵਿਊਜ਼ ਭਾਜੀ ਨਾਲ ਕੀਤੀਆਂ, ਭਾਜੀ ਬੜੇ ਸਤਾਨ ਹੈ। ਮੈਂ ਪਹਿਲੀ ਪੁੱਛਦਾ ਹੂੰ, ਇਹ ਬੂਝ ਲੈਤੇ ਹੈ? ਬੂਝ ਲੈਤੇ ਹੈ, ਇਹ ਪਹਿਲੀ ਕੋ ਬੂਝ ਲੈਤੇ ਹੈ। ਵਾਓ, ਪੰਜਾਬੀ ਜਦੋਂ ਹਿੰਦੀ ਬੋਲੇ ਇਦਾਂ ਹੀ ਲੱਗਦਾ ਕਿ ਝੂਠ ਬੋਲਣ ਡਿਆ। ਸੋ ਸਟਾਰਟਿੰਗ ਕਰਦੇ ਉੱਥੇ ਹੀ, ਮੈਂ ਪਹਿਲੀ ਪੁੱਛੂਗਾ, ਆਪਣੇ ਬੂਝਣੀ ਹੈ। ਕਰੈਕਟ, ਠੀਕ ਹੈ ਭਾਜੀ, ਠੀਕ ਹੈ ਜੀ। ਆਪਕਾ ਇਹ ਹੈ ਕਿ ਇੱਕ ਜੰਗਲ ਹੈ, ਜੰਗਲ ਕੇ ਬੀਚ ਮੇ 9x9 ਕਾ ਸਵਿਮਿੰਗ ਪੂਲ ਹੈ। ਓਕੇ, ਸਵਿਮਿੰਗ ਪੂਲ ਮੇ ਹਾਥੀ ਗਿਰ ਗਿਆ। ਉਸਕੀ ਹਾਈਟ ਹੈ 6 ਫੁੱਟ। ਸਵਿਮਿੰਗ ਪੂਲ ਕੀ ਗਹਿਰਾਈ ਹੈ 9 ਫੁੱਟ। ਹਾਥੀ ਬਾਹਰ ਕੈਸੇ ਆਏਗਾ? ਤੁਸੀਂ ਕਮੈਂਟ ਕਰਕੇ ਨਾ ਦੱਸੋ, ਸੋਚਣ ਦਿਓ। ਆਈ ਡੋਨਟ ਨੋ, ਕੈਨ ਐਲੀਫੈਂਟ ਸਵਿਮ? ਹਾਰ ਗਏ? ਆਈ ਥਿੰਕ ਅਗਰ ਵੋ 6 ਫੁੱਟ ਕਾ, ਅਗਰ ਤੁਸੀਂ ਹਾਰ ਗਏ ਤਾਂ, ਅਗਰ ਤੁਹਾਡੇ ਕੋਲ ਜਵਾਬ ਨਹੀਂ ਹੈ ਤੁਸੀਂ ਬੋਲਣਾ ਮਿਆਉ। ਠੀਕ ਹੈ, ਹਾਥੀ ਬਾਹਰ ਕੈਸੇ ਆਏਗਾ ਅਗਰ ਪਾਣੀ ਮੇ ਗਿਰ ਗਿਆ ਤਾਂ? ਅਗਰ ਕੋਈ ਖਿੱਚ ਕੇ ਨਿਕਾਲੇਗਾ ਤਾਂ ਹੀ ਬਾਹਰ ਆਏਗਾ ਹਾਥੀ ਕੋ। ਗਿੱਪੀ ਗਰੇਵਾਲ ਭਾਜੀ ਜੋ ਕਦੀ ਨੀ ਹਾਰੇ, ਅੱਜ ਦੇਖਦੇ ਆ ਕਿੱਦਾਂ ਹਾਰਦੇ। ਇੱਕ ਦੁੱਧ ਵਾਲਾ ਮਿਲਕਮੈਨ, ਇੱਕ ਦੁੱਧ ਵਾਲਾ ਹੈ, ਉਹਦੇ ਕੋਲ ਦੁੱਧ ਨਾਪਣ ਵਾਲਾ ਵਾਲੇ ਦੋ ਭਾਂਡੇ ਆ। ਇੱਕ ਦੁੱਧ ਵਾਲੇ ਕੋਲ ਦੁੱਧ ਨਾਪਣ ਦੇ ਦੋ ਭਾਂਡੇ ਹੈ, ਇੱਕ ਭਾਂਡਾ ਹੈ 3 ਕਿਲੋ ਦਾ, ਦੂਜਾ ਭਾਂਡਾ ਹੈ 5 ਕਿਲੋ ਦਾ। ਉਹਨੇ ਨੇਹਾ ਮੈਮ ਨੂੰ 1 ਕਿਲੋ ਦੁੱਧ ਦੇਣਾ ਹੈ, ਉਹ ਕਿੱਦਾਂ ਨਾਪੇਗਾ? ਨਾਪਣ ਲਈ ਉਹਨਾਂ ਕੋਲ ਇੱਕ 5 ਕਿਲੋ ਦਾ ਭਾਂਡਾ ਹੈ, ਦੂਜਾ ਹੈਗਾ 3 ਕਿਲੋ ਦਾ। ਉਹਨਾਂ ਨੇ ਨੇਹਾ ਮੈਮ ਨੂੰ 1 ਕਿਲੋ ਦੁੱਧ ਦੇਣਾ, ਉਹ ਕਿੱਦਾਂ ਨਾਪੇਗਾ? ਸੋ ਸਿੰਪਲ, 5 ਕਿਲੋ ਮੈਜ਼ਰ ਕਰ ਲੋ, ਉਹ ਅਲੱਗ ਕਰੇਗਾ। 5 ਕਿਲੋ 3 ਕਿਲੋ ਮੈਜ਼ਰ ਕਰਕੇ 3 ਕਿਲੋ ਅਲੱਗ ਕਰੇਗਾ, ਤੋ ਅਭੀ ਉਸਕੇ ਪਾਸ 2 ਕਿਲੋ ਬਚ ਗਏ। ਹਾਂ ਰਾਈਟ, ਤੋ ਫਿਰ ਉਸਕੋ ਹਾਫ ਆਫ ਕਰ ਦੋ। ਉਹ ਹਾਫ ਕੈਸੇ ਕਰੇਗਾ? ਇਹ ਲੋ ਹਾਫ ਵੈਸੇ, ਵਹੀ ਤੋ ਹੈ ਐਗਜ਼ੈਕਟ 1 ਕਿਲੋ। ਉਹ ਪਤਾ ਕੀ ਕਰੂਗਾ ਮੈਂ, ਉਹ ਕਰੂਗਾ, ਸੁਣ ਗੱਲ, ਉਹ ਪਹਿਲਾਂ 5 ਕਿਲੋ ਵਾਲੇ ਭਾਂਡੇ ਨੂੰ ਭਰੂਗਾ। 5 ਕਿਲੋ ਦੁੱਧ ਚਲਾ ਗਿਆ, 5 ਕਿਲੋ ਦੁੱਧ ਚਲੇ ਗਿਆ। ਹਾਂ, ਹੁਣ ਉਹ 5 ਕਿਲੋ ਵਾਲੇ ਚੋਂ 3 ਕਿਲੋ ਵਾਲਾ ਭਰੂਗਾ। ਭਰਤਾ ਨੇਹਾ ਨੂੰ ਕਿੰਨਾ ਦੇਣਾ ਸੀ? 1 ਕਿਲੋ। 1 ਕਿਲੋ, ਇੱਦਾਂ ਤਾਂ 2 ਕਿਲੋ ਬਚਦਾ ਹੈ। ਓਕੇ, ਫਿਰ ਹੁਣ ਉਲਟਾ। ਅੱਛਾ ਕਰੋ, ਹੁਣ ਉਹ ਕਰੂਗਾ 3 ਕਿਲੋ ਵਾਲਾ ਭਾਂਡਾ ਭਰੂਗਾ। ਭਰ ਲਿਆ 3 ਕਿਲੋ ਵਾਲਾ ਭਾਂਡਾ, ਭਰ ਕੇ ਇੱਧਰ ਪਾਊਗਾ 5 ਕਿਲੋ ਚ। ਪਾਤਾ
ਫਿਰ 3 ਕਿਲੋ ਵਾਲਾ ਭਰੂਗਾ ਹਾਂ ਫਿਰ 5 ਕਿਲੋ ਚ ਪਾਤਾ ਪਿੱਛੇ ਕਿਲੋ ਬਚ ਗਿਆ ਉਹ ਨਹੀਂ ਆ ਇਹ ਬੰਦਾ ਇੰਨਾ ਸ਼ਤਾ ਮੈਂ ਭਾਈ ਮੈਂ 1.5-2 ਘੰਟੇ ਲਾ ਕੇ ਸਭ ਤੋਂ ਮੁਸ਼ਕਿਲ ਕੱਢਿਆ ਕਿ ਮੈਂ ਕਿਹਾ ਨਹੀਂ ਆਏਗਾ ਪਰ ਇਹਦਾ ਬਦਲਾ ਵੀ ਲਿਆ ਜਾਏਗਾ ਸੋ ਜੋ ਕਮੈਂਟ ਕੀਤਾ ਉਹਨਾਂ ਦਾ ਵੀ ਸਹੀ ਹੈ ਭਾਜੀ ਕੁਝ ਕਹਿਣਾ ਚਾਹੁੰਦੇ ਹੋ ਜੋ ਦੇਖ ਰਹੇ ਮੈਂ ਦੇਖਣਾ ਹੀ ਨਹੀਂ ਕਿ ਉਹਨਾਂ ਨੇ ਮੇਰੇ ਹੱਕ ਚ ਕੀਤਾ ਉਹਨਾਂ ਕਮੈਂਟ ਯੈਸ ਵੈਰੀ ਨਾਈਸ ਸੋ ਹੁਣ ਚੱਕਰ ਇਹ ਹੈ ਕਿ ਕਹਿੰਦੇ ਕੋਈ ਅੱਛਾ ਕੰਮ ਕਰ ਰਿਹਾ ਹੋ ਨਾ ਭਾਜੀ ਉਸ ਕੇ ਬੀਚ ਮੇਂ ਉਂਗਲੀ ਨਹੀਂ ਕਰਨੀ ਚਾਹੀਏ ਬਹੁਤ ਲੋਕਾਂ ਨੂੰ ਆਦਤ ਹੈ ਉਂਗਲੀ ਕਰਨ ਦੀ ਹੈ ਨਾ ਮੈਂ ਕਹਿੰਦਾ ਕਿ ਕੁਝ ਐਸੇ ਅੱਛੇ ਕੰਮ ਹੈ ਜਿਹਦੇ 'ਚ ਅੰਗੂਠਾ ਨਹੀਂ ਯੂਜ਼ ਕਰਨਾ ਚਾਹੀਦਾ ਅੰਗੂਠਾ ਨਹੀਂ ਕਰਨਾ ਚਾਹੀਦਾ ਅੰਗੂਠਾ ਤੁਸੀਂ ਇੱਦਾਂ ਕਰੋ ਤੁਸੀਂ ਵੀ ਕਰੋ ਅੰਗੂਠਾ ਤੁਹਾਡਾ ਟੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਂ ਤੁਹਾਡੇ ਲਈ ਲੈ ਕੇ ਆਇਆ ਗਿਫਟ ਉਹ ਕਰਨੇ ਕੀ ਹੈ ਮੈਂ ਦੱਸਦਾ ਲਓ ਭਾਜੀ 70 ਰੁਪਏ ਕਿਲੋ ਹਾਂ ਅੰਗੂਠਾ ਬਿਲਕੁਲ ਟੱਚ ਨਹੀਂ ਕਰਨਾ ਠੀਕ ਹੈ ਇਸ ਹੱਥ ਹਾਂ ਇਸ ਹੱਥ ਨੂੰ ਯੂਜ਼ ਹੀ ਨਹੀਂ ਕਰਨਾ ਇਸ ਹੀ ਹੱਥ ਨਾਲ ਤੁਸੀਂ ਸੰਤਰਾ ਛੱਲਣਾ ਕਿੱਦਾਂ ਛੱਲੂਗੇ ਯੂਜ਼ ਨਹੀਂ ਕਰਨਾ ਇੱਦਾਂ ਤਾਂ ਤੁਸੀਂ ਗੋਡਾ ਯੂਜ਼ ਕਰ ਰਹੇ ਹੋ ਅੰਗੂਠਾ ਵੀ ਨਹੀਂ ਯੂਜ਼ ਕਰਨਾ ਅੰਗੂਠਾ ਟੱਚ ਹੋ ਰਿਹਾ ਨਾ ਹਾਂ ਮੈਮ ਤੁਸੀਂ ਵੀ ਜਿੱਤਣ ਵਾਲੇ ਨੂੰ 3 ਦਿਨ 4 ਰਾਤਾਂ ਥਾਈਲੈਂਡ ਦਾ ਟੂਰ ਕੰਡੀਸ਼ਨ ਅਪਲਾਈ ਪੈਸੇ ਆਪਣੇ ਖਰਚਣੇ ਹੈ ਹਾਂ ਸ਼ਾਬਾਸ਼ ਯਾ ਇੱਕ ਸੰਧੂ ਹੁੰਦਾ ਸੀ ਉਹਨਾਂ ਨੇ ਨਾ ਗੇਮ ਦੇ ਚੱਕਰ ਚ ਆਪਣਾ 5 ਲੱਖ ਦਾ ਸੂਟ ਖਰਾਬ ਕਰ ਲੈਣਾ ਤੁਸੀਂ ਰਹਿਣ ਦਿਓ ਦੇਖੋ ਓਵਰਆਲ ਮੈਂ ਜਿੱਤ ਗਿਆ ਚਲੋ ਓਵਰਆਲ ਜਿੱਤ ਗਿਆ ਆਪਾਂ ਸਾਨ ਦੇ ਦਿੰਦੇ ਹਾਂ ਅੰਗੂਠਾ ਫੇਰ ਯੂਜ਼ ਨਹੀਂ ਕਰਨਾ ਇਹ ਕੇਲੇ ਨੂੰ ਛਿੱਲਣਾ ਨਹੀਂ ਵੈਰੀ ਨਾਈਸ ਇਵਨ ਨਾ ਵੈਰੀ ਨਾਈਸ ਇਵਨ ਆ ਕੇ ਯਾਰ ਕੇਲੇ ਦਾ ਵਜਣਾ ਨਾ ਔਰ ਕੇਲਾ ਮੈਂ ਤਾਂ ਛਿਲਦਾ ਉਹਨਾਂ ਨੂੰ ਫਿਸਣਾ ਨਹੀਂ ਚਾਹੀਦਾ ਨਿਹਰ ਤਾਂ ਕੰਮ ਖਤਮ ਹੋ ਗਿਆ ਨਾ ਡੰਡੀ ਜੀ ਤੋੜਤੀ ਉਹ ਹੋ ਗਿਆ ਪ੍ਰੋਜੈਕਟ ਮੈਂ ਵੀ ਨੋ ਗਿਆ ਸੋ ਜਿੱਤੇ ਹੈ ਆ ਕੇਲਾ ਤੁਸੀਂ ਖਾ ਸਕਦੇ ਹੋ ਓ ਯਾਰ ਸੱਤਿਆ ਨਾਲ ਹੋ ਗਿਆ ਕੇਲੇ ਦਾ ਹੁਣ ਖਾ ਸਕਦਾ ਓਕੇ ਹਾਂ ਭਾਜੀ ਇੱਕ ਸੰਧੂ ਹੁੰਦਾ ਸੀ ਜੀ ਠੀਕ ਹੈ ਜੀ ਮੂਵੀ ਬੜੀ ਖਤਰਨਾਕ ਹੈ ਦੇਖ ਕੇ ਡਰ ਲੱਗਦਾ ਹੈ ਨਾ ਤੁਹਾਡੀ ਜਿਹੜੀ ਪਹਿਲੀ ਮੂਵੀ ਸੀ ਉਹ 'ਚ ਵੀ ਤੁਸੀਂ ਹਾਕੀ ਯੂਜ਼ ਕੀਤੀ ਜੀ ਹੁਣ ਫਿਰ ਹਾਕੀ ਚੱਕ ਲਏ ਹੋ 10 ਸਾਲ ਬਾਅਦ 10 ਸਾਲ ਬਾਅਦ ਹਾਕੀ ਚੱਕਣੀ ਪਈ ਗਿੱਪੀ ਗਰੇਵਾਲ ਨੂੰ ਅੱਛਾ ਭਾਜੀ ਇੱਦਾਂ ਵੀ ਹੁੰਦਾ ਨਾ ਅੱਜ ਕੱਲ੍ਹ ਫੇਸਬੁੱਕ 'ਤੇ ਕਿ ਵਿੱਚ ਕੀ ਗਿੱਪੀ ਗਰੇਵਾਲ ਨੇ ਆਹ ਕੀ ਕਹਿਤਾ ਔਰ ਗਿੱਪੀ ਗਰੇਵਾਲ ਗਾਣਾ ਗਾ ਰਿਹਾ ਕੁਛ ਨਹੀਂ ਹੁੰਦਾ ਨਾ ਸੋ ਅਗਰ ਇਸ ਇੰਟਰਵਿਊ ਦਾ ਅਸੀਂ ਕੋਈ ਥੰਬਨੇਲ ਬਣਾਉਣਾ ਹੋਏ ਤਾਂ ਕੀ ਹੋਏਗਾ ਨਾਮ ਖਤਰਨਾਕ ਗਿੱਪੀ ਗਰੇਵਾਲ ਨੇ ਮਾਰੀ ਆਪਣੇ ਦੋਸਤ ਦੇ ਸੱਤੇ ਹਾਕੀ ਹਾਂ ਤੁਸੀਂ ਲਾਈਕ ਕਰ ਸਕਦੇ ਹੋ ਹੁਣ ਮੈਂ ਭਾਜੀ ਸਾਡਾ ਟਾਈਮ ਹੁੰਦਾ ਸੀ ਨਾ ABC ਯਾਦ ਕਰ ਲਓ ਊੜਾ ਐੜਾ ਯਾਦ ਕਰ ਲਓ ਅੱਜ ਕੱਲ੍ਹ ਨਾ ਸਕੂਲ ਬੜੇ ਮਾਡਰਨ ਹੋ ਗਏ ਹੈ ਨਾ ਤਾਂ ਉਸਮੇ ਕਿਆ ਹੋਤਾ ਕਿ ਵੈਸੇ ਹੀ ਹਰਕਤੇ ਬਹੁਤ ਕਰਾਤੀ ਬੇਟਾ ਇਹ ਡਰਾਇੰਗ ਬਣਾਓ ਉਹ ਡਰਾਇੰਗ ਬਣਾਓ ਅਸੀਂ ਪਤਾ ਦੇਖਣਾ ਹੈ ਕਿ ਦੋਨਾਂ 'ਚੋਂ ਜ਼ਿਆਦਾ ਵਧੀਆ ਆਰਟਿਸਟ ਕੌਣ ਹੈ ਹਾਕੀ ਦੀ ਗੱਲ ਚੱਲੀ ਹੈ ਅਤੇ ਹਾਲੋ ਇਹ ਤੁਸੀਂ ਹਾਲੋ ਪਹਿਲੇ ਤੁਹਾਡੀ ਵਾਰੀ ਹਾਕੀ ਬਣਾਉਣੀ ਹੈ ਕੱਟ ਕੇ ਇੱਦਾਂ ਕੱਟ ਕੇ ਕੈਂਚੀ ਨਾਲ ਹਾਕੀ ਬਣਾਉਣੀ ਹੈ ਹਾਕੀ ਬਣਾਉਣੀ ਹੈ ਇੱਕ ਬੰਦੇ ਦਾ ਕਮੈਂਟ ਆਇਆ ਕਿ ਭਾਅ ਜੀ ਇੰਨਾ ਵਧੀਆ ਐਂਕਰ ਹੈ ਇਹਨੂੰ ਫਿਲਮਾਂ 'ਚ ਕਿਉਂ ਨਹੀਂ ਲੈਂਦੇ ਲੈ ਰਹੇ ਇਹ ਕਮੈਂਟ ਆਇਆ ਜੀ ਓਹ ਹਾਕੀ ਦੇਖੋ ਐਸਾ ਲੱਗ ਰਿਹਾ ਪਹਿਲੇ ਬਣਾਈ ਹਾਕੀ ਨਹੀਂ ਬਣਾਈ ਤਾਂ ਨਹੀਂ ਪਰ ਹੁਣ ਇਹਨੇ ਕਿਹਾ ਵਾ ਤਾਂ ਆਪਾਂ 2 ਪੱਠੀਆਂ ਬਣਾ ਲਈਆਂ ਚਲੋ ਨਾਟ ਬੈਡ ਤੁਹਾਡੀ ਵਾਰੀ ਇਹਨੂੰ ਕੱਟ ਕੇ ਵਿਚਾਲੇ ਸੈਂਟਰ ਚੋਂ ਕੱਢ ਦੋਗੇ ਤਾਂ 2 ਬਣ ਜਾਣਗੇ ਬਿਲਕੁਲ ਮੈਨੂੰ ਲੱਗਿਆ ਵੀ ਨਹੀਂ ਤੂੰ ਖਬਰਾਂ ਬਣਾ ਹੋਵੇ ਕਿ ਨਾ ਹੋਵੇ ਮੈਂ 2 ਬਣਾ ਲਾਂ ਦੇਖੋ ਕਿਤਨੇ ਘੱਟ ਟਾਈਮ ਮੇ ਕਿਤਨੇ ਥੋੜੇ ਟਾਈਮ ਮੇ ਥੋੜੇ ਜਿਹੇ ਟਾਈਮ ਦੇ ਵਿੱਚ ਗਿੱਪੀ ਗਰਾਂ ਨੇ 2 ਹਾਕੀਆਂ ਇਕੱਠੀਆਂ ਬਣਾ ਛੱਡੀਆਂ ਇਹ ਵੀ ਸਾਡਾ ਭਾਜੀ ਇੱਕ ਤਾਂ ਇੰਟਰਵਿਊ 'ਚ ਇਹ ਬਹੁਤ ਪੁੱਛਦੇ ਆ ਨਾ ਕਿਸ ਫਿਲਮ 'ਚ ਮੈਸੇਜ ਕੀ ਜੀ ਮੈਂ ਵੀ ਪੁੱਛ ਲਿਆ
ਰੁੱਖ ਲਗਾਓ ਰੁੱਖ ਲਗਾਓ ਆਕੀ ਨਾਲ ਬੰਦੇ ਕਿਵੇਂ ਕੁੱਟਣੇ ਹਨ ਹਾਂ ਉਹਦਾ ਤੁਸੀਂ ਆ ਕੇ ਸਭ ਪੁੱਛ ਸਕਦੇ ਅੱਛਾ ਜੀ ਸੋ ਯੂਨੀਵਰਸਿਟੀ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਪੜ੍ਹਨਾ ਚਾਹੀਦਾ ਹੈ ਜਾਂ ਲੜਾਈਆਂ ਕਰਨੀਆਂ ਚਾਹੀਦੀਆਂ ਹਾਂ ਐਕਚੁਅਲੀ ਕੀ ਆ ਨਾ ਹਰ ਫਿਲਮ ਦੇ ਵਿੱਚ ਮੈਸੇਜ ਹੁੰਦਾ ਡਿਪੈਂਡ ਕਰਦਾ ਵਾ ਮੈਸੇਜ ਕੱਢਣ ਵਾਲੇ ਹਾਂ ਹੁਣ ਫਿਲਮ 'ਚ ਗੁੱਡ ਬੰਦਾ ਵੀ ਆ ਬੈਡ ਬੰਦਾ ਵੀ ਆ ਤੁਸੀਂ ਬੈਡ ਬਣਨਾ ਗੁੱਡ ਬਣਨਾ ਆਹ ਦੇਖੋ ਇਹਨਾਂ ਨੇ ਕੀ ਬਣਾ ਛੱਡਿਆ ਇਹ ਕਿਹੜੀ ਹੋਕੀ ਹੈ ਜੀ ਇਹ ਤਾਂ ਦਾਦਾ ਜੀ ਦੀ ਸੋਟੀ ਲੱਗਣ ਦੀ ਪਈ ਦੇਖੋ ਨਾ ਤੁਸੀਂ ਨਹੀਂ ਦੇਖਣਾ ਦੇਖਣਾ ਇਹ ਦੇਖੋ ਦੇਖੋ ਦੋਸਤੋ ਮੰਨੋ ਚਾਹੇ ਨਾ ਮੰਨੋ ਆਹ ਦੇਖੋ ਜੀ ਵਿਨ ਕਰ ਰਿਹਾ ਮੈਂ ਨਹੀਂ ਨਹੀਂ ਨੇਹਾ ਤਾਂ ਲੱਗਦੀ ਨਹੀਂ ਜੀ ਉਹ ਦੇਖੋ ਵੈਸੇ ਵੀ ਮੇਰੇ ਵਾਲੀ ਪਾਵਰਫੁਲ ਸੀਗੀ ਮੇਰੇ ਵਾਲੀ ਪਾਵਰਫੁਲ ਚੱਕ ਤਕਾ ਲੜਾਈ ਹੋਈ ਕਿਤੇ ਮੈਂ ਇੱਕ ਵਾਰੀ ਸਿੱਪੀ ਬਾਈ ਮੈਨੂੰ ਬ੍ਰਦਰ ਮੇਰੇ ਵੱਡੇ ਠਾਣੇ ਛੜਾ ਕੇ ਵੀ ਲੈ ਕੇ ਗਏ ਮੇਰੇ ਗਾਲਾਂ ਬਹੁਤ ਪਈਆਂ ਤੇ ਕਹਿੰਦੇ ਹੁਣ ਆਹ ਕੁਛ ਦੇਖਣਾ ਪੈ ਗਿਆ ਵੀ ਕਹਿੰਦੇ ਪਹਿਲਾਂ ਤਾਂ ਸਕੂਲ ਚ ਹੀ ਸੱਦੇ ਸੀ ਹੁਣ ਇੱਥੇ ਸੱਦੇ ਆ ਉਸ ਟਾਈਮ ਕੀ ਲੱਗਦਾ ਹੁੰਦਾ ਸੀ ਨਾ ਕਿ ਅਸੀਂ ਬੜੇ ਠੀਕ ਆ ਕਿ ਯਾਰ ਇਹ ਐਵੇਂ ਗਲਤ ਗੱਲਾਂ ਕਰੀ ਜਾਂਦੇ ਨੇ ਜੇ ਉਹ ਹੁਣ ਅੱਜ ਮੈਂ
ਬਟ ਅਸੀਂ ਨਾਲ ਦੀ ਨਾਲ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਕੀ ਚੱਕਣ ਦੇ ਫਾਇਦੇ ਕੀ ਆ, ਨੁਕਸਾਨ ਕੀ ਆ, ਚੱਕਣੀ ਚਾਹੀਦੀ ਹੈ ਕਿ ਨਹੀਂ ਚੱਕਣੀ ਚਾਹੀਦੀ। ਸੋ ਯੂਥ ਜਿੰਨਾ ਬੈਠਾ, ਸੋ ਫਿਲਮ ਨੂੰ ਜ਼ਰੂਰ ਦੇਖੇ, ਯੂਨੀਵਰਸਿਟੀ ਦੀ ਕਹਾਣੀ ਹੈ, ਕਈ ਵਾਰੀ ਨਿੱਕੀਆਂ ਨਿੱਕੀਆਂ ਚੀਜ਼ਾਂ ਪਿੱਛੇ ਡਾਂਸ ਛੋਟੇ ਹੋ ਜਾਂਦੇ ਆ, ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਇਹੀ ਬਸ ਇਹੀ ਸੁਨੇਹਾ ਹੈ। ਇਹਨਾਂ ਦਾ ਤਾਂ ਸੀਗਾ ਕਿ ਤੁਸੀਂ ਕਦੀ ਕਾਲਜ 'ਚ ਲੜਾਈ ਕੀਤੀ, ਤੁਸੀਂ ਦੱਸੋ ਤੁਹਾਡੇ ਲਈ ਕਿੰਨੀਆਂ ਲੜਾਈਆਂ ਹੋਈਆਂ? ਮੈਨੂੰ ਪਤਾ ਨਹੀਂ ਕੀ ਹੋਈ ਹੈ, ਯਾਨੀ ਮੇਰੇ ਸਾਹਮਣੇ ਤਾਂ ਨਹੀਂ ਹੋਈ ਹੈ। ਅੱਛਾ, ਉਹ ਐਸੇ ਮੀਠੀ ਮੀਠੀ ਬਾਤਾਂ ਕਰਕੇ ਐਡਜਸਟ ਹੋ ਜਾਤਾ ਹੈ। ਆਪ ਕਹਾਂ ਪੇ ਪੜਤੇ ਥੇ? NIFT ਦਿੱਲੀ। ਦਿੱਲੀ ਤੋਂ ਦਿੱਲੀ ਮੇ ਹਾਕੀ ਨਹੀਂ ਚੱਲਦੀ ਹੈ। ਇੱਕ ਤਾਂ ਇਹਨਾਂ ਦੀ ਪੜ੍ਹਾਈ ਬੜੀ ਔਖੀ ਹੋਈ ਹੈ, ਜਿਸ ਮਤਲਬ ਜਿਸ ਡਿਪਾਰਟਮੈਂਟ ਮੇ ਜੇ ਪੜਤੇ ਥੇ ਉਹ ਡਿਪਾਰਟਮੈਂਟ ਹਮਾਰੇ ਤੋਂ ਇਧਰ ਕੰਮ ਹੀ ਚੱਲਤਾ ਹੈ ਜੀ। ਠੀਕ ਹੈ, ਤੋਂ ਵਹਾਂ ਪੇ ਲੜਾਈ ਐਸੀ ਹੋਤੀ ਹੈ, ਤੂੰ ਮੈਨੂੰ ਹੱਥ ਲਾ ਕੇ ਦਿਖਾ, ਤੂੰ ਲਾ ਮੈਨੂੰ ਹੱਥ, ਤੂੰ ਲਾ ਤੂੰ ਲਾ ਤੂੰ ਲਾ ਤੂੰ ਲਾ ਕੇ ਦਿਖਾ। ਮੈਂ ਦੱਸਾਂ ਮੈਂ ਇਤਨੀ ਬਾਤ ਨਹੀਂ ਕਰਤਾ, ਮੈਂ ਨਹੀਂ ਕਰਤਾ ਇਤਨੀ ਬਾਤ। ਅਗਰ ਕਰਤੇ ਨਹੀਂ ਆ ਨਾ ਤੂੰ ਬਾਹਰ ਆ ਫਿਰ। ਅੱਛਾ ਬਾਹਰ ਆ ਜਾਂਦਾ, ਆ ਜਾਓ ਫਿਰ, ਬਸ ਆ ਲੜਾਈ ਹੈ। ਚਲ ਠੀਕ ਹੈ, ਓਕੇ ਬਾਏ। ਹਾਂ, ਅੱਗੇ ਸੇ ਨਹੀਂ, ਅੱਗੇ ਸੇ ਨਹੀਂ, ਅੱਗੇ ਸੇ ਨਹੀਂ। ਸੱਚ ਮੈਂ ਤਾਂ ਦਿੱਲੀ ਸੀ ਉੱਤੇ ਨਾ। ਠੀਕ ਹੈ, ਵੈਰੀ ਨਾਈਸ, ਇਹ ਲੜਾਈ। ਅੱਛਾ ਕਾਲਜ ਟਾਈਮ ਨਾ ਭਾਜੀ ਕ੍ਰਸ਼ ਬਹੁਤ ਹੁੰਦਾ, ਮੁੰਡੇ ਕੁੜੀਆਂ ਦਾ ਤਾਂ ਹੁੰਦਾ, ਮੈਡਮ ਸਰ ਤੇ ਵੀ ਹੋ ਜਾਂਦਾ। ਆਪਕੇ ਕਾਲਜ ਕਾ ਕ੍ਰਸ਼ ਸਰ ਕੋਈ ਔਰ ਆਪਕੀ ਮੈਡਮ? ਸਕੂਲ ਟਾਈਮ ਹੋ ਜੇ ਭਾਜੀ, ਕਿੰਨੀ ਕਲਾਸ 'ਚ ਸੀਗੇ? ਐਕਚੁਅਲੀ ਕੀ ਹੈ ਨਾ, ਸਾਡਾ ਜਿਹੜਾ ਟਾਈਮ ਸੀਗਾ ਨਾ, ਪਤਾ ਨਹੀਂ ਕਿਉਂ, ਜਿਵੇਂ ਪਿੰਡਾਂ ਵਾਲੇ ਬੰਦੇ ਵਿਚਾਰੇ, ਮੈਂ ਪਿੰਡ ਪੜ੍ਹਿਆ, ਮਾੜੀ ਕਿਸਮਤ ਲੈ, ਸਕੂਲਾਂ ਦੇ ਵਿੱਚ ਵੀ ਮਾੜੀ ਕਿਸਮਤ ਹੁੰਦੀ ਸਾਡੀ, ਨਾ ਤਾਂ ਕੋਈ ਕੁੜੀਆਂ ਵਧੀਆ ਹੁੰਦੀਆਂ ਨੇ ਬਹੁਤ, ਠੀਕ ਹੈ, ਤੇ ਇੱਕ ਪੜ੍ਹੇ ਆ ਅਸੀਂ ਉਹ ਜਿਹੇ ਸਕੂਲ, ਮੈਡਮ ਦੇ ਵੀ ਮੂੰਛਾਂ ਨਿਕਲੀਆਂ ਹੁੰਦੀਆਂ ਮੈਡਮ। ਹਾਂ, ਉਹ ਆਪਣੀ ਪਹਿਲੇ ਲੱਸੀ ਮੰਗਾਈ ਕਿ ਲੱਸੀ ਪੀ ਕੇ ਆਪਣੀਆਂ ਮੂੰਛਾਂ ਸਾਫ਼ ਕਰੀ, ਬਹੁਤ ਸਵਾਦ ਲਿਆਂਦੀ। ਮਤਲਬ ਨਾਮ ਤੋਂ ਨਾ ਲੈਤੇ, ਪੈਸੇ ਬੋਲ ਦਿੱਤੇ ਕਿ ਹਾਂ ਇਹ ਕੁਛ ਥੇ ਕੁਛ ਕਰਾਤੇ ਥੇ, ਐਸੇ ਕੁਛ ਲੜਾਈ ਕਰਾਤੇ, ਪਿਛਲੇ ਮਹੀਨੇ ਮੁੰਡਾ ਵੀ ਹੋਇਆ ਹੈ, ਅਭਿਸ਼ੇਕ ਦੇ ਤਾਂ ਲਾਸਟ ਮੰਥ ਲੜਕਾ ਹੋਇਆ ਹੈ, ਆ ਬੇਚਾਰਾ ਅਭਿਸ਼ੇਕ ਕਿਆ ਕਰੇਗਾ, ਹਾਂ ਉਹ ਤਾਂ ਬਾਅਦ ਵਿੱਚ ਬੇਚਾਰਾ। ਅੱਛਾ, ਹੁਣ ਅਗਲੀ ਜਿਹੜੀ ਗੇਮ ਹੈ ਨਾ ਭਾਜੀ, ਅਕਸਰ ਕਿਹਾ ਜਾਂਦਾ ਕਿ ਇੱਕ ਦੂਜੇ ਬਾਰੇ ਸੱਚ ਦੱਸੋ ਜੀ, ਜਿਹੜਾ ਬੰਦਾ ਦੂਜੇ ਬੰਦੇ ਬਾਰੇ ਵੱਧ ਤੋਂ ਵੱਧ ਝੂਠ ਬੋਲੇਗਾ, ਝੂਠ ਬੋਲਣਾ ਹੈ ਤੁਸੀਂ ਉਹਨਾਂ ਬਾਰੇ, ਆਪਨੇ ਇਨਕੇ ਬਾਰੇ ਮੈਂ ਝੂਠ ਬੋਲਣਾ, ਠੀਕ ਹੈ, ਜੋ ਅੱਛਾ ਝੂਠ ਬੋਲੇਗਾ ਉਹ ਵਿਨਰ ਹੈ।
ठीक है, मैं कहूंगा 1 2 3 स्टार्ट, पॉइंट मिलेंगे पहले तुझे। इधर बहुत नखरे ने, मतलब बहुत ही, मतलब कह सकते हो कि जड़ा अपने आप ਨੂੰ ਬਹੁਤ ਐਟੀਟਿਊਡ ਹਾਈ, ਇਹ ਉਹ, ਮੈਂ ਇਦਾਂ ਨਹੀਂ ਕਰਦੀ, ਮੈਂ ਉਦਾਂ ਨਹੀਂ ਕਰਦੀ, ਸਾਰਾ ਕੁਝ ਹੋਇਆ। ਝੂਠ ਬੋਲਣਾ ਇਹ, ਹੀ ਇਜ਼ ਐਡਿਕਟਡ ਟੂ ਡਰਿੰਕਿੰਗ ਐਂਡ ਸਮੋਕਿੰਗ ਐਂਡ ਚਿੱਟਾ ਵੀ ਲਾ ਲੈਂਦੇ ਆ। ਬਾਤ ਕਰ, ਕਈ ਵਾਰੀ ਟੋਨੇ ਵਰਗੇ ਥੰਬਨੇਲ ਬਣਾ ਦਿੰਦੇ ਨੇ ਜੀ, ਮੇਰਾ ਕੋਈ ਕਰ ਦੋ, ਮੈਂ ਜ਼ਿੰਦਗੀ 'ਚ ਕਦੇ ਘੁੱਟ ਨਹੀਂ ਭਰਦੇ ਦੇਖੀ। ਝੂਠ ਨਹੀਂ ਬੋਲਣਾ, ਮੈਂ ਸਮਝ ਗਿਆ, ਬੋਲੋ ਬੋਲੋ ਬੋਲੋ। डाइट करते हैं, जिम जाते हैं। ये तो सच हो गया। अच्छा ठीक है, मैं जीत रही हूँ अभी, 4 पॉइंट। चार हो गए। ये बिल्कुल डाइट नहीं करती है जी, ना है जिम जाती है, ना है डाइट करती है। कॉफी, और ये कॉफी तो पींदी हुई नहीं की, मतलब ये घर की चाह पींदी है, है ना, सो रोटियां बहुत खांदी है, सो जा सारा कुछ, है ना, ਫੋਟੋਆਂ ਬਿਲਕੁਲ ਲਿਖਦੀ ਹੈ ਆਪਦੀਆਂ, ਖਾਸ ਤੌਰ ਤੇ ਟਿਕਟੌਕ ਨਹੀਂ ਬਣਾਉਂਦੀ, ਟਿਕਟੌਕ ਨਹੀਂ ਬਣਾਉਂਦੀ, ਇੰਸਟਾਗ੍ਰਾਮ ਦੇ ਉੱਤੇ ਫੋਟੋਆਂ ਨਹੀਂ ਪਾਉਂਦੀ ਹੈਗੀ ਆਪਦੀਆਂ। ਸੋ ਇਹ ਸਾਰਾ ਕੁਝ ਇਹਦਾ, ਮੈਨੂੰ ਲੱਗਦਾ ਮੇਰੇ ਤਾਂ 10 12 ਹੋ ਗਏ ਹੁਣ, ਮੈਂ ਕੱਟ ਸਿੱਟੇ ਨੇ। ਕੌਣ ਫਿਰ, ਬਸ ਬਸ ਖਤਮ ਕਰ ਦੇ, ਬਸ ਖਤਮ ਕਰੋ। ਹਾਂ ਤਾਂ ਕੋਈ ਗੇਮ ਨਹੀਂ ਜਿੱਤ ਰਹੀ, ਜਿਹੜੇ ਛੋਲੇ ਮਾਰੇ ਨਾ, ਕੇਲਾ ਛਿੱਲੋ ਨਾ, ਸੰਤਰਾ ਛਿੱਲੋ ਨਾ, ਹਾਕੀ ਬਣੀ ਸ਼ਰਮਾ ਜੀ, ਮੇਰੀ ਹਾਕੀ ਬੈਟਰ ਦੀ, ਨਾ ਨਾ ਸ਼ਰਮਾ ਜੀ, ਤੁਮ ਚੀਟਿੰਗ, ਹਾਕੀ ਮੈਂ ਚੀਟਿੰਗ ਕੀ ਆ, ਮੇਰੀ ਹਾਕੀ ਬੈਟਰ ਜਿਹੜੀ। ਨੀਹਾ ਮੈਮ ਗੇਮ ਖੇਲੂਗੇ ਨਾ, ਕਹਿੰਦੇ ਐਕਟਰ ਉਹ ਜਿਸ ਮੇ ਠਹਿਰਾਵ ਹੋ, ਹੈ ਨਾ, ਜੋ ਕੰਟਰੋਲ ਕਰਕੇ ਰੱਖੇ, ਕਰੈਕਟ। तो ये आपके लिए स्पेशल हमने ब्राजील से मंगाया, आपने थोड़ा सा इसको मुंह में रखना है। हाँ, नहीं जोक्स मत मारना, नहीं जोक्स नहीं मारते, नहीं आप अच्छे लगते हैं, हाँ, मुंह में रखो इसे थोड़ा सा। इतना नहीं, ये इतना तो वैसे ही मुंह में होता है रखा हुआ है। अब आपने मानी मुंह में रख के भाजी को डायलॉग सुनाना है, भूल कर भी मुझे भूल मत जाना। भूल कर भी, नहीं मुंह बोलना है, सुनना चाहिए, भूल कर भी मुझे, पी गए, बड़े स्थान है शर्मा जी, शर्मा जी पी गए, ठीक है, भूल के भी ट्राई कंट्रोल, बेस्ट एक्टर का अवार्ड सोचो सामने पे है, भूल कर भी मुझे भूल मत जाना, भुलक्कड़, मैं शब्द भूल करके मुझे भूल मत जाना, भुलक्कड़, नहीं नहीं क्लियर, इतना सीधा लंबी सांस करके भी मैं 1 2 3 स्टार्ट करूंगा, तब पहले सीधा खड़े होने, सीधा बैठने, आखिरी सांस लो, हुण तुझे बोले, भूल कर भी मुझे भूल मत जाना भुलक्कड़, जिन्ना क्लियर होया वो बंदा जीतया, भूल कर भी मुझे भूल मत जाना भुलक्कड़, हाय हाय ताली अभी ताली देते, हाथ नहीं रखना, निकल जाएगा पानी, हां तो वही तो गल है, अपने हाथ रखे, मैं जीत गई, मैं जीत गई, ट्राई ताड़े, हां ताड़े, ट्राई नहीं, हजे ना तो बारी है, हां ट्राई ट्राई, फुफड़ जी भगवान यार, आ तो जमे नहीं जाए जा, मतलब बदली इतना सौखा, फुफड़ जी भगवान, फुफड़ जी भगवान, तो फगवाड़े पासे फुली आंडे आयो, फुप्पर जी एक संधू मुंडा जी देख के भी आयो, वाह जी वाह, ये गेम का विनर भी, माफ करना, मैं तो देखो जी फुप्पर फाफड़ काफी पाए, पर गल बड़ी लगी। सो पाजी कितनी तरीक नु रिलीज है, एक बारी सारे नु दोबारा दस दो। बस रिलीज किया जी 28 तरीक आने वाली है जी, एडवांस बुकिंग ओपन हो गई है, सारे किते टिकटा मिल रही ने, ओवरसीज अज आस्ट्रेलिया पहली स्क्रीनिंग हो गई है, सो 28 फरवरी नू फिल्म रिलीज़ हो रही है, एक संधू हुंदा सी, क्या बात है, सो तुसी देखो सानू दसो किदां दी लगी है, और लास्ट विच ना मैं भाजी कहंदा कि गाना कदों हिट हुंदा है, गाना कब हिट होता है, गाना कदों हिट हुंदा जदों लोग YouTube ते व्यू आ जान, रेडियो ते चलन, नहीं मेरे हिसाब नाल गाना उदों हिट हुंदा है जदों ओ गाना लेडी संगीत च बजे, हाय हाय, और लेडी संगीत में क्या होता है, जो लड़कियां वो तर्ज चेंज कर देती, वो कोई भी होना, लंगे या ना कर, ਤਰ ਚੇਂਜ ਹੋ ਜਾਂਦੀ ਹੈ ਨਾ ਜੀ, ਸੋ ਹੁਣ ਤੁਸੀਂ ਆਪਣੇ ਕਿਸੇ ਗਾਣੇ ਦਾ ਜਾਂ ਤੁਸੀਂ ਕਹਿ ਲਓ ਜਿਹੜਾ ਇਸ ਸੰਧੂ ਵਿੱਚ ਗਾਣਾ ਗਾਇਆ
ਉਹ ਗਾਣਾ ਤੁਸੀਂ ਸੁਣਾਉਣਾ ਹੈ ਬੁੜੀਆਂ ਦੀ ਤਰਜ਼ 'ਚ। ਜਿਹੜੇ ਸਾਬ ਨਾਲ ਜੱਟਾ ਤੂੰ ਚੱਲ ਦੈ ਲਾਈਫ ਤੂੰ ਲਿਖਾਈ ਬੜੀ ਥੋੜੀ ਲੱਗਦੀ। ਥੋੜੀ ਜਿਹੀ ਉਹ ਫਾਈਟ ਵਾਲੇ ਸੀਨ ਨਜ਼ਰ ਆਏ ਨੇ ਔਰ ਮੈਂ ਮੂਵੀ ਦੇਖਣ ਜ਼ਰੂਰ ਜਾਊਂਗਾ ਔਰ ਸ਼ਰਮਾ ਜੀ ਕਰਨ ਤੇ ਮੈਂ ਕਿ ਕਿੰਨੇ ਸਾਰੇ ਪੰਜਾਬ ਦੇ ਮੁੰਡੇ ਜਾਣਗੇ। ਸੋ ਥੈਂਕ ਯੂ ਸੋ ਮਚ ਤੁਹਾਡਾ, ਬਹੁਤ ਚੰਗਾ ਲੱਗਿਆ ਔਰ ਧੰਨਵਾਦ। ਮਿਰਚੀ ਸੁਣਦੇ ਰਹੋ, ਮੇਰਾ ਨਾਮ ਪਕਪਕ ਦੀਪਕ ਹੈ, ਰੇਡੀਓ ਮਿਰਚੀ 98.3 ਇਹ ਪ੍ਰਮੋਸ਼ਨ। ਥੈਂਕ ਯੂ ਭਾਈ, ਲਵ ਯੂ ਭਾਈ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।